ਹਾਂਜੀ ਸਸਟੀ ਗਾਡਸ ਤੋਂ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਹਰ ਅਪਡੇਟ ਪਹਿਲਾਂ ਮਿਲ ਸਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਰਨੋਲਾ ਦੇ ਰਣਵੀਰ ਲਾਹਬਾਦੀਆ ਦਾ ਪੋਡਕਾਸਟ ਆਊਟ ਹੋਇਆ ਸੀ ਤੇ ਇੱਕ ਇਮੋਸ਼ਨਲ ਪੋਡਕਾਸਟ ਸੀ ਤੇ ਇਸ ਪੋਡਕਾਸਟ ਦੇ ਆਊਟ ਹੋਣ ਤੋਂ ਬਾਅਦ ਤੇ ਇਹ ਪੋਡਕਾਸਟ ਇੰਸਟਾਗ੍ਰam YouTube ਸਭ ਕਿਤੇ ਵਾਇਰਲ ਹੋ ਰਿਹਾ ਸੀ ਇਸ ਪੋਡਕਾਸਟ ਤੋਂ ਬਾਅਦ ਰਣਜੀਤ ਬਾਵਾ ਦੀ ਇੱਕ ਸਟੋਰੀ ਸਾਹਮਣੇ ਆਉਂਦੀ ਹੈ ਜਿਸ ਵਿੱਚ ਲਿਖਿਆ ਸੀ ਇੰਟਰਵਿਊਆਂ ਵਿੱਚ ਰੋਏ ਜਾਂਦੇ ਨੇ ਸਿਮਪਥੀ ਦੀ ਮਾਲਾ ਜਾਈ ਪਰੋਈ ਜਾਂਦੇ ਨੇ ਰੇਡ ਸੂਨ ਪਰ ਇਸ ਸਟੋਰੀ ਦੇ ਥੋੜੀ ਦੇਰ ਬਾਅਦ ਸੁਖਬਾਜਵੇ ਦੀ ਸਟੋਰੀ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਉਸਨੇ ਲਿਖਿਆ ਸੀ ਪੀਪਲ ਬੀ ਡੂਇੰਗ ਐਨੀਥਿੰਗ ਐਂਡ ఎవਰੀਥਿੰਗ ਟੂ ਬੀ ਰੈਲੇਵੈਂਟ ਯਾਨੀ ਕਿ ਲੋਕ ਅੱਜਕੱਲ੍ਹ ਕੁਝ ਵੀ ਕਰ ਰਹੇ ਹਨ ਰੈਲੇਵੈਂਟ ਓਨਲੀ ਤੇ ਜਦੋਂ ਰਣਜੀਤ ਬਾਵੇ ਨੂੰ ਬਹੁਤ ਸਾਰੇ ਸਵਾਲ ਕੀਤੇ ਗਏ ਤਾਂ ਉਸਨੇ ਇੱਕ ਸਟੋਰੀ ਲਾ ਕੇ ਦੱਸਿਆ ਕਿ ਇਹ ਸਟੋਰੀ ਕਰਨੋ ਲਈ ਨਹੀਂ ਹੈ ਉਸਨੇ ਸਟੋਰੀ ਵਿੱਚ ਲਿਖਿਆ ਗਰਮੀ ਬਾਤ ਆ ਪਹਿਲਾਂ ਹੀ ਹੋਰ ਅਗ ਨਾ ਲਾਓ ਲਾਸਟ ਈਅਰ ਗਾਣਾ ਬਣਾਇਆ ਸੀ ਉਹਦੀਆਂ ਲਾਈਨਾਂ ਡੋਟ ਟਾਰਗੇਟ ਐਨੀਵਨ ਸਭ ਆਪਣੀ ਆਪਣੀ ਮਿਹਨਤ ਕਰ ਰਹੇ ਨੇ ਚਿੱਲ ਕਰੋ ਲਵ ਪੀਸ ਦੇਖੋ ਕਿ ਕਲੀਅਰ ਹੋ ਜਾਂਦਾ ਹੈ ਕਿ ਇਹ ਗੱਲ ਆਜਲੇ ਲਈ ਨਹੀਂ ਸੀ ਹਾਂ ਤੇ ਇਸ ਤੋਂ ਥੋੜੀ ਜਿਹੀ ਦੇਰ ਬਾਅਦ ਉਸਨੇ ਰੁਪਨਵਾਲ ਨੂੰ ਮੈਂਸ਼ਨ ਕਰਕੇ ਲਿਖਿਆ ਕੋ ਉਹ ਕਿਸੇ ਹੋਰ ਲਈ ਸੀ ਸਟੇਟਸ ਹਨ ਤੇ ਰੁਪਨਵਾਲ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਉੱਪਰ ਵੀ ਸ਼ੇਅਰ ਕੀਤਾ ਤੁਹਾਡੀ ਸਾਰੀ ਗੱਲ ਬਾਰੇ ਕੀ ਰਾਏ ਸਨ ਕਮੈਂਟ ਬਾਕਸ ਜਰੂਰ ਦੱਸਿਓ ਤੇ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ